ਸਾਡੇ ਹੌਸਲੇ ਬੁਲੰਦ ਨੇ ਬਾਈ, ਲੰਘਾਂਗੇ, ਬਾਰਡਰ ਤੋੜ ਕੇ ਲੰਘਾਂਗੇ। ਮੇਰਾ ਨਾਮ ਮਨਜੀਤ ਕੌਰ, ਪਿੰਡ ਰੰਗਣ ਨੰਗਲ, ਜ਼ਿਲ੍ਹਾ ਗੁਰਦਾਸਪੁਰ, ਜੂਨ ਅੱਚਲ ਸਾਹਿਬ। ਅਸੀਂ ਆਪਣੇ ਹੱਕ ਲੈਣ ਵਾਸਤੇ ਆਏ ਹਾਂ, ਹੱਕ ਦੀ ਕਮਾਈ ਆ, ਹੱਕ ਲੈ ਕੇ ਜਾਵਾਂਗੇ, ਉਹਨਾਂ ਚਿਰ ਇੱਥੋਂ ਉੱਠਾਂਗੇ ਨਹੀਂ। ਇਹ ਆ ਸਾਡੀਆਂ ਜ਼ਮੀਨਾਂ ਜਿਹੜੀਆਂ ਕਰਾਰਪੁਰ ਘਰਾਣਿਆਂ ਨੂੰ ਦੇਣ ਡਏ ਆ ਮੋਦੀ ਸਰਕਾਰ ਜਿਹੜੀ ਆ, ਪਰ ਅਸੀਂ ਲੈ ਕੇ ਜਾਣਾ ਆਪਣੇ ਹੱਕ। ਜਿੰਨਾ ਚਿਰ ਸਾਡੇ ਦੇਣਗੇ ਨਾ ਹੱਕ, ਉਨਾ ਚਿਰ ਅਸੀਂ ਨਹੀਂ ਜਾਣਾ, ਡਟ ਕੇ ਬਵਾਂਗੇ। ਪਿੰਡੋਂ ਆਏ ਹਾਂ, ਮੰਜੇ ਖੜ੍ਹੇ ਕਰ ਆਏ ਹਾਂ, ਬਿਸਤਰੇ ਗੋਲ ਕਰ ਆਏ ਹਾਂ, ਸਿਰ 'ਤੇ ਖੱਪਣ ਬੰਨ ਆਏ ਹਾਂ, ਅਤੇ ਅਸੀਂ ਚੜ੍ਹ ਕੇ ਵੱਧ ਕੇ ਚੜ੍ਹ ਕੇ ਆਏ ਹਾਂ। ਸਾਡੀ ਕਿਸੇ ਨਾਲ ਕੋਈ ਨਹੀਂ, ਸਾਡੀ ਸਿਰਫ ਸਰਕਾਰ ਨਾਲ ਲੜਾਈ ਹੈ, ਲੜਾਈ ਸਿਰਫ ਸੱਚਾਈ ਵਾਸਤੇ ਹੈ, ਹੈਂ, ਸੱਚਾਈ ਵਾਸਤੇ ਲੜਾਈ ਹੈ ਸਾਡੀ, ਹੋਰ ਕਿਸੇ ਨਾਲ ਕੋਈ ਲੜਾਈ ਨਹੀਂ। ਸਾਡੀ ਜਿਹੜੀ ਜ਼ਮੀਨਾਂ ਸੀ ਸਰਕਾਰ ਨੇ ਸਾਡੇ ਕੋਲੋਂ ਖੋ ਲਈ, ਸਾਡੀ ਜ਼ਮੀਨਾਂ ਕੋਆਪਰੇਟ ਘਰਾਣਾ ਨੂੰ ਉਹਨਾਂ ਨੇ ਵੇਚ ਦਿੱਤੀ ਸਾਡੀ ਬਿਨਾਂ ਇਜਾਜ਼ਤ ਦੇ। ਅਸੀਂ ਦੱਸੋ ਕਿ ਜ਼ਮੀਨ ਦੇ ਦਾਤਾ ਅੰਨਦਾਤਾ ਹੋ ਕੇ ਅੱਜ ਅਸੀਂ ਸੜਕਾਂ 'ਤੇ ਆ ਕੇ ਬੈਠੇ ਹਾਂ, ਇਹ ਮੋਦੀ ਸਰਕਾਰ ਦਾ ਕਰਕੇ ਬੈਠੇ। ਚਲੇ ਗਏ, ਸਾਨੂੰ ਡਰ ਨਹੀਂ ਕੋਈ ਵੀ, ਅਸੀਂ ਤਾਂ ਚਲ ਗਏ, ਤੀਆਂ ਪੁੱਤਾਂ ਬਦਲੇ ਅਸੀਂ ਮਰਨਾ ਵੀ ਹੋਵੇਗਾ ਤਾਂ ਮਨਜ਼ੂਰ ਸਾਨੂੰ, ਕਿ ਤੀਆਂ ਪੁੱਤ ਸਾਡੇ ਖੁਸ਼ੀ ਖੁਸ਼ੀ ਰਹੇ। ਵਾਸਤੇ ਜ਼ਮੀਨਾਂ ਵਾਸਤੇ ਅਸੀਂ ਜਿੱਥੇ ਆਖਾਂਗੇ, ਅਸੀਂ ਦਿੱਲੀ ਆਖਣਗੇ ਅਤੇ ਦਿੱਲੀ ਅਸੀਂ ਜਾਵਾਂਗੇ। ਕੋਈ ਨਹੀਂ, ਔਖਾ ਲੱਗਿਆ ਸਾਨੂੰ, ਬੜੇ ਸੌਖੇ ਚੜ੍ਹੇ ਹਾਂ। ਅਸੀਂ ਆਪਣੇ ਬੱਚਿਆਂ ਵਾਸਤੇ ਪਿੱਛੇ ਆਏ ਹਾਂ, ਲੰਗਰ ਲੈ ਕੇ ਆਏ ਉਹਨਾਂ ਦੀ ਸੇਵਾ ਵਾਸਤੇ ਆਏ ਹਾਂ, ਉੱਥੇ ਵੀ ਜਾਵਾਂਗੇ, ਅੱਗੇ ਵੀ ਗੋਲੇ ਦੇਖਣ ਵੀ ਜਾਵਾਂਗੇ। ਅਸੀਂ ਵੀ ਲੜ ਸਕਦੇ ਹਾਂ ਜੇ ਸਾਡੇ ਬੱਚੇ ਲੜ ਸਕਦੇ ਨੇ, ਆਪਣੇ ਹੱਕ ਲੈਣ ਆਏ ਹਾਂ ਅਸੀਂ। ਦਿੱਲੀ ਵੀ ਜਾਵਾਂਗੇ, ਅਸੀਂ ਇਹੀ ਟਰਾਲੀ ਲੈ ਕੇ ਦਿੱਲੀ ਜਾਵਾਂਗੇ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਚੜ੍ਹਦੀ ਕਲਾ ਵਾਸਤੇ ਆਏ ਹਾਂ, ਜ਼ਿਲ੍ਹਾ ਗੁਰਦਾਸਪੁਰ, ਅੱਚਲ ਸਾਹਿਬ ਦੀ ਜੂਨ, ਰੰਗੜ ਨੰਗਲੋਂ ਅਸੀਂ ਦਵਿੰਦਰ ਕੌਰ, ਚਾਰ ਬੀਬੀਆਂ ਆਈਆਂ ਆਪਣੇ ਹੱਕ ਲੈਣ ਵਾਸਤੇ। ਬੱਚਿਆਂ ਨੂੰ ਹੱਕ ਲੈ ਕੇ ਦੇ ਕੇ ਫਿਰ ਜਾਵਾਂਗੇ। ਇਹ ਆ ਸਾਡੀਆਂ ਜ਼ਮੀਨਾਂ ਜਿਹੜੀਆਂ ਕਰਾਰਪੁਰ ਘਰਾਣਿਆਂ ਨੂੰ ਦੇਣ ਡਏ ਆ ਮੋਦੀ ਸਰਕਾਰ ਜਿਹੜੀ ਆ, ਪਰ ਅਸੀਂ ਲੈ ਕੇ ਜਾਣਾ ਆਪਣੇ ਹੱਕ। ਜਿੰਨਾ ਚਿਰ ਸਾਡੇ ਦੇਣਗੇ ਨਾ ਹੱਕ, ਉਨਾ ਚਿਰ ਅਸੀਂ ਨਹੀਂ ਜਾਣਾ, ਡਟ ਕੇ ਬਵਾਂਗੇ। ਪਿੰਡੋਂ ਆਏ ਹਾਂ, ਮੰਜੇ ਖੜ੍ਹੇ ਕਰ ਆਏ ਹਾਂ, ਬਿਸਤਰੇ ਗੋਲ ਕਰ ਆਏ ਹਾਂ, ਸਿਰ 'ਤੇ ਖੱਪਣ ਬੰਨ ਆਏ ਹਾਂ, ਅਤੇ ਅਸੀਂ ਚੜ੍ਹ ਕੇ ਵੱਧ ਕੇ ਚੜ੍ਹ ਕੇ ਆਏ ਹਾਂ, ਅਤੇ ਵੱਧ ਚੜ੍ਹ ਕੇ ਅਸੀਂ ਲੜਾਂਗੇ। ਜਿੰਨਾ ਚਿਰ ਸਾਡਾ ਹੱਕ ਨਾ ਦਿਓ, ਉਨਾ ਚਿਰ ਅਸੀਂ ਕਿਸੇ ਬੰਨੇ ਨਹੀਂ ਉਹ ਲੱਗਣਾ। ਮੇਰਾ ਨਾਮ ਰਵਿੰਦਰ ਕੌਰ ਵਾ, ਅਸੀਂ ਗੁਰਦਾਸਪੁਰ, ਸਾਡੀ ਜੋਨ ਵਾ ਅੱਚਲ ਸਾਹਿਬ, ਪਿੰਡ ਰੰਗਣ ਨੰਗਲ ਵਾ ਸਾਡਾ। ਹਾਂਜੀ, ਅਸੀਂ ਉੱਥੋਂ ਆਏ ਹਾਂ, ਪਿੰਡ ਰੰਗਣ ਨੰਗਲ ਉੱਥੋਂ ਆਏ, ਅਸੀਂ 11 ਤਰੀਕ ਦੇ ਆਏ ਹਾਂ ਪੁੱਤ ਇੱਥੇ। ਹਾਂਜੀ, ਸਾਡੀ ਦਿੱਲੀ ਜਾਣਾ ਫਿਰ ਤੁਸੀਂ? ਹਾਂ, ਜਾਵਾਂਗੇ। ਸਾਡੀ ਕਿਸੇ ਨਾਲ ਕੋਈ ਨਹੀਂ, ਸਾਡੀ ਸਿਰਫ ਸਰਕਾਰ ਨਾਲ ਲੜਾਈ ਹੈ, ਲੜਾਈ ਸਿਰਫ ਸੱਚਾਈ ਵਾਸਤੇ ਹੈ, ਹੈਂ, ਸੱਚਾਈ ਵਾਸਤੇ ਲੜਾਈ ਹੈ ਸਾਡੀ, ਹੋਰ ਕਿਸੇ ਨਾਲ ਕੋਈ ਲੜਾਈ ਨਹੀਂ। ਸਾਡੀ ਜਿਹੜੀ ਜ਼ਮੀਨਾਂ ਸੀ ਸਰਕਾਰ ਨੇ ਸਾਡੇ ਕੋਲੋਂ ਖੋ ਲਈ, ਸਾਡੀ ਜ਼ਮੀਨਾਂ ਕੋਆਪਰੇਟ ਘਰਾਣਾ ਨੂੰ ਉਹਨਾਂ ਨੇ ਵੇਚ ਦਿੱਤੀ ਸਾਡੀ ਬਿਨਾਂ ਇਜਾਜ਼ਤ ਦੇ। ਅਸੀਂ ਦੱਸੋ
ਕਿ ਜ਼ਮੀਨ ਦੇ ਦਾਤਾ ਅੰਨਦਾਤਾ ਹੋ ਕੇ ਅੱਜ ਅਸੀਂ ਸੜਕਾਂ 'ਤੇ ਆ ਕੇ ਬੈਠੇ ਹਾਂ, ਇਹ ਮੋਦੀ ਸਰਕਾਰ ਦਾ ਕਰਕੇ ਬੈਠੇ ਹਾਂ। ਉੱਥੇ ਨਾ ਗੋਲੇ ਚੱਲ ਰਹੇ ਨੇ, ਉੱਥੇ ਜਾ ਕੇ ਆਏ ਹੋ ਜੀ? ਹੋ ਕੇ ਆਏ ਹਾਂ, ਗੋਲੇ ਚੱਲਣ ਡੇ, ਫਿਰ ਕੀ ਹੋਇਆ? ਹਾਂ, ਜੇ ਗੋਲੇ ਚੱਲਣਗੇ, ਗੋਲੀਆਂ ਚੱਲਣਗੀਆਂ, ਜੋ ਵੀ ਚੱਲੂਗਾ, ਅਸੀਂ ਇੱਥੇ ਜਾਂ ਤਾਂ ਆਪਣਾ ਉਹਨਾਂ ਕੋਲੋਂ ਫੈਸਲਾ ਲੈ ਕੇ ਜਾਵਾਂਗੇ, ਜਾਂ ਤਾਂ ਆਪਣੀ ਸ਼ਰਤਾਂ ਮਨਜ਼ੂਰ ਕਰਕੇ ਕਰਨਗੇ, ਫਿਰ ਹੀ ਜਾਵਾਂਗੇ, ਨਹੀਂ ਤਾਂ ਅਸੀਂ ਇੱਥੋਂ ਮਰ ਕੇ ਜਾਵਾਂਗੇ। ਤੁਹਾਨੂੰ ਡਰ ਨਹੀਂ ਲੱਗਿਆ? ਬਿਲਕੁਲ ਨਹੀਂ ਡਰ ਲੱਗਦਾ, ਜ਼ਿੰਦਗੀ ਇੱਕੇ ਵਾਰੀ ਰੱਬ ਨੇ ਬਖਸ਼ੀ ਹੈ, ਜੇ ਜਿਉਂਦੇ ਹਾਂ ਤਾਂ ਮਰਾਂ ਵੀ ਇੱਕੇ ਵਾਰੀ, ਡਰਨਾ ਕਿਉਂ? ਸਤਿੰਦਰ ਮੇਰਾ ਨਾਮ ਹੈ, ਗੁਰਦਾਸਪੁਰੋਂ ਜ਼ਿਲ੍ਹਾ ਹੈਗਾ ਅਚਰ ਸਾਹਿਬ ਜੂਨ, ਜਿੱਥੋਂ ਇਹ ਆਏ ਆ। ਹਾਂਜੀ, ਉਮਰ ਦੇ ਵਿੱਚ ਤਾਂ ਸਾਡੀਆਂ ਬੀਬੀਆਂ ਹੁਣ ਕਹਿੰਦੀਆਂ ਵੀ ਆਪਾਂ ਬਹਿ ਕੇ ਖਾਂਦੇ ਆ ਨਾ, ਨੂੰਹਾਂ ਸੇਵਾ ਕਰਨਗੀਆਂ। ਹਾਂਜੀ, ਤੁਸੀਂ ਉੱਥੇ ਅੱਗੇ ਗੋਲਿਆਂ ਚਲੇ ਗਏ? ਹਾਂਜੀ, ਅਸੀਂ ਉੱਥੇ ਚਲੇ ਗਏ, ਸਾਨੂੰ ਡਰ ਨਹੀਂ ਕੋਈ ਵੀ, ਅਸੀਂ ਤਾਂ ਚਲ ਗਏ, ਤੀਆਂ ਪੁੱਤਾਂ ਬਦਲੇ ਅਸੀਂ ਮਰਨਾ ਵੀ ਹੋਊਗਾ ਤਾਂ ਮਨਜ਼ੂਰ ਸਾਨੂੰ, ਕਿ ਤੀਆਂ ਪੁੱਤ ਸਾਡੇ ਖੁਸ਼ੀ ਖੁਸ਼ੀ ਰਹੇ। ਵਾਸਤੇ ਜ਼ਮੀਨਾਂ ਵਾਸਤੇ ਅਸੀਂ ਜਿੱਥੇ ਆਖਾਂਗੇ, ਅਸੀਂ ਦਿੱਲੀ ਆਖਾਂਗੇ ਤਾਂ ਦਿੱਲੀ ਅਸੀਂ ਜਾਵਾਂਗੇ, ਜਾਵਾਂਗੇ ਦਿੱਲੀ ਜਾਵਾਂਗੇ। ਕੋਈ ਨਹੀਂ, ਰੋਕਾਂ ਲਾਏ ਫਿਰ ਕੀ ਆ ਪੁੱਤ, ਤੀਆਂ ਪੁੱਤਾਂ ਬਦਲੇ ਜਾਣਾ, ਮਰਨਾ ਵੀ ਆ ਤਾਂ ਜੀ। ਮਨਜੀਤ ਕੌਰ ਨਾਇਟ ਕਾਂਸੂ ਕਲਾ ਤੋਂ ਆਇਆ, ਰਾਜਪੁਰਾ ਦੇ ਨਾਲੋਂ ਅਸੀਂ ਆਏ ਹਾਂ। ਹਾਂਜੀ, ਅਸੀਂ ਲੰਗਰ ਲਾਉਣ ਵਾਸਤੇ ਇੱਥੇ ਆਏ ਹਾਂ, ਸਾਡੇ ਵੀਰ, ਸਾਡੇ ਪੁੱਤਰ, ਸਾਡੇ ਭਰਾ ਇੱਥੇ ਆਏ ਨੇ ਵੀ, ਉਹਨੇ ਪਿੱਛੇ ਅਸੀਂ ਵੀ ਆਏ ਹਾਂ, ਸਾਡੇ ਬੀਬੀਆਂ ਵਿੱਚ ਬੈਠੀਆਂ, ਟਰਾਲੀ ਵਿੱਚ ਬੈਠੀਆਂ, ਕੋਈ ਸਾਡੀ ਬੀਬੀ ਅੱਗੇ ਗਈਆਂ ਨੇ ਵੀ, ਅੱਗੇ ਸੰਗਤ ਸਾਡੀ ਵਰਤਾਉਣ ਵਾਸਤੇ ਅੱਗੇ ਵੀ ਗਈ ਸੰਗਤ ਸਾਡੀ, ਨਹੀਂ ਹਾਲੇ ਉੱਥੇ ਗਏ ਨੇ, ਜਾਵਾਂ ਕੋਈ ਗੱਲ ਜੀ, ਸਾਡੇ ਵੀਰਾਂ ਨੂੰ ਗੋਲੇ ਲੱਗਦੇ, ਸਾਨੂੰ ਵੀ ਲੱਗ ਜਾਣਗੇ, ਕੋਈ ਗੱਲ ਨਹੀਂ, ਹਾਂ ਕੋਈ ਗੱਲ ਨਹੀਂ, ਸਾਨੂੰ ਵੀ ਲੱਗ ਜਾਣਗੇ, ਕੋਈ ਗੱਲ ਨਹੀਂ। ਹਾਂਜੀ, ਢਕਾਰਸੂ ਕਲਾ ਤੋਂ ਆਏ ਹਾਂ ਜੀ, ਰਾਜਪੁਰਾ ਢਕਾਰਸੂ ਕਲਾ, ਕੋਈ ਨਹੀਂ, ਔਖਾ ਲੱਗਿਆ ਸਾਨੂੰ, ਬੜੇ ਸੌਖੇ ਚੜੇ ਹਾਂ, ਅਸੀਂ ਆਪਣੇ ਬੱਚਿਆਂ ਵਾਸਤੇ ਪਿੱਛੇ ਆਏ ਹਾਂ, ਲੰਗਰ ਲੈ ਕੇ ਆਏ, ਉਹਨਾਂ ਦੀ ਸੇਵਾ ਵਾਸਤੇ ਆਏ ਹਾਂ, ਉੱਥੇ ਵੀ ਜਾਵਾਂਗੇ, ਅੱਗੇ ਵੀ ਗੋਲੇ ਦੇਖਣ ਵੀ ਜਾਵਾਂਗੇ, ਅਸੀਂ ਵੀ ਲੜ ਸਕਦੇ ਹਾਂ ਜੇ ਸਾਡੇ ਬੱਚੇ ਲੜ ਸਕਦੇ ਨੇ, ਆਪਣੇ ਹੱਕ ਲੈਣ ਆਏ ਹਾਂ ਅਸੀਂ। ਜੋਗਿੰਦਰ ਕੌਰ ਢਕਾਨਸੂ ਕਲਾ ਤੋਂ। ਵੀਰੇ, ਸਾਨੂੰ ਤਾਂ ਬਹੁਤ ਦੁੱਖ ਆਉਂਦਾ ਪਿਆ ਜਿਸ ਤਰ੍ਹਾਂ ਇਹ ਕੰਮ ਹੋ ਰਿਹਾ ਵੇ, ਵੀ ਸਾਨੂੰ ਤਾਂ ਬਹੁਤ ਹੀ ਬੁਰਾ ਲੱਗਦਾ ਪਿਆ ਵੇ। ਦਲਵੀਰ ਕੌਰ ਨਾਂ, ਕਿੱਥੋਂ ਆਏ ਹੋ ਜੀ? ਅੰਮ੍ਰਿਤਸਰ ਜ਼ਿਲ੍ਹਾ ਤੇ ਰਮਣ ਚੱਕੋ, ਪਿੰਡ ਰਮਣ ਚੱਕ, ਸਭ ਕੁਝ ਰਾਸ਼ਨ ਪਾਣੀ ਅਸੀਂ ਲੈ ਕੇ ਆਏ ਹਾਂ, ਅਤੇ ਦਿੱਲੀ ਵੀ ਜਾਵਾਂਗੇ, ਆਪਣੇ ਹੱਕ ਲੈ ਕੇ ਜਾਣਾ ਵਾ। ਕਿੰਨੀਆਂ ਬੀਬੀਆਂ ਆਈਆਂ ਨੇ ਤੁਹਾਡੇ ਪਿੰਡ? ਪੰਜ ਜਾਣੀਆਂ। ਮਹਿੰਦਰ ਕੌਰ, ਮਹਿੰਦਰ ਕੌਰ, ਤੁਹਾਡੀ ਉਮਰ ਕਿੰਨੀ ਹੈ ਜੀ? 60 ਸਾਲ। ਅਸੀਂ ਸੇਵਾ 'ਤੇ ਆਏ ਹਾਂ, ਉਹ ਬਲਦੀ ਬੁੱਥੇ ਡਿੱਠੇ ਤਾਂ ਅਸੀਂ ਤਾਂ ਬੈਠੀਆਂ ਇੱਥੇ ਆਣ ਕੇ ਮਗਰ ਪੁੱਤਾਂ ਦੇ, ਜੇ ਸਾਡੇ ਪੁੱਤਾਂ ਦੀ ਜਾਇਦਾਦ ਜਾਂਦੀ ਆ, ਅਤੇ ਮੋਦੀ ਸੋਚੇ ਸਾਡੀਆਂ ਮੰਗਾਂ ਪੂਰੀਆਂ ਕਰ ਦੇਵੇ, ਅਤੇ ਅਸੀਂ ਅੱਜ ਹੀ ਚੱਲ ਜਾਂਦੇ ਘਰਾਂ ਨੂੰ, ਅਤੇ ਜੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਨੀਆਂ, ਇਹਦੀ ਅੱਗੇ ਰਹਿ ਕੇ ਆਏ ਹਾਂ, ਅਤੇ ਦਿੱਲੀ ਜਾਵਾਂਗੇ। ਪਰਮਜੀਤ ਕੌਰ, 50 ਸਾਲ ਦੀ। ਹਾਂਜੀ, ਆਪਾਂ ਚਾਹ ਬਣਾਉਣ ਡਏ ਸੰਗਤ ਨੂੰ, ਘਰ ਬਣਾਉਂਦੇ ਹਾਂ ਆਪਦੀ ਚਾਹ, ਅਤੇ ਲੜਾਈ ਦੀ ਚਾਹ ਬਣਾਉਣ ਡਏ, ਲੜਾਈ ਦੀ ਬਣਾਉਣ ਡਏ, ਆਪਦੇ ਹੱਕ 'ਚ ਲੜਾ ਹੱਕ ਦੇ ਲੜਾਈ ਦੀ। ਮੇਰਾ ਨਾਂ ਕਿਰਪਾਲ ਕੌਰ ਬਾਈ, ਆਏ ਅਸੀਂ ਸੰਗਰੂਰ ਬਲਾਕ 'ਚ, ਪਿੰਡ ਸਾਡਾ ਮੰਗਵਾਲ, ਮੰਗਵਾਲ, ਅਸੀਂ ਦਿੱਲੀ ਜਾਣਾ ਚਾਹੁੰਦੇ ਹਾਂ ਬਾਈ, ਜੇ ਉਹ ਨਿਮੇੜਾ ਕਰਦੇ ਫਿਰ ਸਾਨੂੰ ਕਿਹੜਾ ਚੌਕ ਚੜਿਆ ਵੀ ਅਸੀਂ ਉੱਥੇ ਜਾਈਏ, ਅਸੀਂ ਨਾ ਜਾਈਏ, ਉਹ ਨਿਮੇੜੇ ਹੀ ਕਰਦੇ, ਉਹ ਨਿਬੜਦਾ ਹੀ ਨਹੀਂ, ਕਦੇ ਇੱਕ ਦਿਨ ਦੇ ਦਿੰਦਾ, ਕਦੇ 2 ਦਿਨ ਦੇ ਦਿੰਦਾ, ਸਾਡੇ ਹੌਂਸਲੇ ਬੁਲੰਦ ਨੇ ਬਾਈ, ਲੰਘਾਂਗੇ, ਬਾਰਡਰ ਤੋੜ ਕੇ ਲੰਘਾਂਗੇ। ਜਸਵਿੰਦਰ ਕੌਰ, ਕਿੰਨੀ ਉਮਰ ਹੈ ਤੁਹਾਡੀ? ਮੇਰੀ 60 ਸਾਲ ਦੀ। ਇੱਥੇ ਪ੍ਰਸ਼ਾਦਾ ਪਾਣੀ ਦੇ ਕੇ ਜਾਂਦੇ ਨੇ ਲੰਗਰ, ਅਸੀਂ ਰਾਸ਼ਨ ਵੀ ਲਿਆਏ ਆਪਦਾ, ਪਰ ਉਹ ਸਾਨੂੰ ਹੁਣ ਦੇ ਜਾਂਦੇ ਨੇ ਪਿੰਡਾਂ ਵਾਲੇ, ਲਵੇ ਲਵੇ ਪਿੰਡਾਂ ਵਾਲੇ। ਤੁਸੀਂ ਕਿੰਨਾ ਰਾਸ਼ਨ ਲੈ ਕੇ ਆਏ ਹੋ? ਸਾਡਾ ਪਤਾ ਹੀ ਨਹੀਂ ਕਿੰਨੀ ਕੁ ਚੱਲਿਆ, ਟਰਾਲੀ ਭਰ ਕੇ ਲਿਆ, ਟਰਾਲੀ ਭਰ ਕੇ ਲਿਆ, 4 ਮਹੀਨਿਆਂ ਦਾ ਲਿਆ।
ਫਰਿੱਜ ਹਾਂ ਹਾਂ ਫਿਰ ਪੱਖੇ ਏ ਸੀ ਚੱਕ ਲਿਆਵਾਂਗੇ ਜੇ ਸਾਨੂੰ ਗਰਮੀ 'ਚ ਲੋੜ ਪਈ। ਸਰਕਾਰ ਨੂੰ ਕਹਿਣਾ ਚਾਹੁੰਦੇ ਵੀ ਨਿਬੇੜਾ ਕਰੇ ਹੱਕ ਦੇਵੇ ਸਾਡੇ। ਮੇਰਾ ਨਾਮ ਸੁਖਵਿੰਦਰ ਕੌਰ ਹੈ ਜੀ, ਮੈਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਜਨਰਲ ਸਕੱਤਰ ਪੰਜਾਬ। ਤੁਸੀਂ ਇਹ ਸੋਚੋ ਵੀ ਇੱਥੇ ਪੈਰਾਮਿਲਟਰੀ ਫੋਰਸ ਲਾਈਆਂ ਨਿਹੱਥੇ ਕਿਸਾਨਾਂ 'ਤੇ, ਕਿਸਾਨਾਂ ਕੋਲ ਕੋਈ ਹਥਿਆਰ ਥੋੜ੍ਹੀ ਸੀ, ਕਿਸੇ ਪੁਲਿਸ ਵਾਲੇ ਦੇ ਕੋਈ ਹਥਿਆਰ ਨਹੀਂ ਮਾਰਿਆ ਕਿਸੇ ਨੇ, ਪੀਸਫੁਲੀ ਜਾ ਰਹੇ ਹਾਂ। ਦਿੱਲੀ ਇਸ ਦੇਸ਼ ਦੀ ਰਾਜਧਾਨੀ ਹੈ ਅਤੇ ਅਸੀਂ ਇਸ ਦੇਸ਼ ਦੇ ਵਾਸੀ ਹਾਂ, ਸਾਨੂੰ ਆਪ ਪੂਰਾ ਹੀ ਹੱਕ ਹੈ ਇਸ ਗੱਲ ਦਾ ਵੀ ਅਸੀਂ ਆਪਦੀ ਗੱਲ ਰਾਜਧਾਨੀ ਜਾ ਕੇ ਕਹੀਏ। ਰਾਜਧਾਨੀ ਜਾਣ ਦਾ ਫੈਸਲਾ ਅਸੀਂ ਪਹਿਲੇ ਦਿਨ ਹੀ ਨਹੀਂ ਲੈ ਲਿਆ। ਮੇਰਾ ਨਾਮ ਜਸਵੀਰ ਕੌਰ ਹੈ, ਜ਼ਿਲ੍ਹਾ ਅੰਮ੍ਰਿਤਸਰ, ਜੂਨ ਬਾਬਾ ਬੁੱਢਾ ਸਾਹਿਬ ਤੋਂ ਹੀ ਆਏ ਹੋਏ ਹਾਂ, ਕੱਥੂ ਨੰਗਲ। ਅਸੀਂ ਇੱਥੇ 13 ਤਰੀਕ ਨੂੰ ਪਹੁੰਚੇ। ਸਾਡੇ ਪਿੰਡ ਤੋਂ ਹੁਣ ਕੋਈ 50-60 ਕੁ ਜੀ ਅਸੀਂ ਆਏ ਹਾਂ। ਹਾਂ, ਪਿੰਡੋਂ ਬੀਬੀਆਂ 10 ਬੀਬੀਆਂ ਆਈਆਂ ਸਾਡੇ। ਕੋਈ ਗੱਲ ਨਹੀਂ, ਇਹ ਤਗੜੀ ਹੈ ਅਤੇ ਉਹ ਜਿਹੜੀ ਪਿਛਲੀ ਵਾਰੀ ਕੀਤੀ ਉਹ ਤੇ ਇਹਤੋਂ ਵੀ ਤਗੜੀ ਸੀਗੀ, ਅਤੇ ਕੋਈ ਗੱਲ ਹੀ ਨਹੀਂ, ਪਹੁੰਚਾਂਗੇ ਜ਼ਰੂਰ। ਭਾਵੇਂ ਸਾਨੂੰ ਇੱਥੇ 1 ਮਹੀਨਾ 2 ਮਹੀਨੇ 4 ਮਹੀਨੇ ਇੱਥੇ ਹੀ ਨਾ ਲੱਗ ਜਾਣ, ਪਹੁੰਚਾਂਗੇ ਜ਼ਰੂਰ ਹੌਲੀ ਹੌਲੀ। ਅਸੀਂ ਅੰਮ੍ਰਿਤਸਰ ਤੋਂ, ਹਾਂਜੀ ਅੰਮ੍ਰਿਤਸਰ ਤੋਂ ਆਏ, ਨਾਮ ਮੇਰਾ ਅਮਰਜੀਤ ਕੌਰ। ਅਸੀਂ 13 ਤਰੀਕ ਨੂੰ, ਸਾਰੀਆਂ ਤਿਆਰੀਆਂ ਸਾਡੀਆਂ, ਰਾਸ਼ਨ ਪਾਣੀ ਰੋਟੀ ਪਾਣੀ ਜੋ ਵੀ ਲੀੜਾ ਕੱਪੜਾ ਸਾਰਾ ਸਾਡੇ ਕੋਲ ਸਾਲ ਸਾਲ ਦਾ ਹੈਗਾ ਵਾ। ਅਸੀਂ ਆਪਾਂ ਸਾਲ ਇੱਥੇ ਰਹਿ ਸਕਦੇ ਹਾਂ, ਜੇ ਸਾਲ ਵੀ ਸਾਨੂੰ ਬਾਲੇਗਾ ਆਪਾਂ ਸਾਲ ਵੀ ਇੱਥੇ ਰਹਿ ਸਕਦੇ। ਸਰਕਾਰ ਨੂੰ ਇਹੋ ਕਹਿਣਾ ਚਾਹੁੰਦੇ ਕਿ ਸਾਡੇ ਜੋ ਹੱਕ ਆ ਉਹ ਸਾਨੂੰ ਦੇ, ਹੱਕ ਹੀ ਲੈਣ ਵਾਸਤੇ ਅਸੀਂ ਇੱਥੇ ਆਏ ਹਾਂ। ਅਸੀਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਆਏ ਹਾਂ, ਸੁਰਿੰਦਰ ਕੌਰ ਮੇਰਾ ਨਾਮ, ਪਿੰਡ ਸਜਾਦਾ। ਸਾਨੂੰ ਮਾਹੌਲ ਖਰਾਬ ਲੱਗਾ, ਅਸੀਂ ਸ਼ੰਭੂ ਬਾਰਡਰ 'ਤੇ ਆਏ, ਸਾਨੂੰ ਲੰਘਣ ਨਹੀਂ ਦਿੰਦੇ, ਅਸੀਂ ਆਪਣੇ ਹੱਕ ਲੈਣ ਆਏ ਹਾਂ, ਹੱਕ ਸਾਨੂੰ ਨਹੀਂ ਮਿਲਣ ਡਏ। ਇਸ ਕਰਕੇ ਅਸੀਂ ਆਪਣੇ ਭੈਣ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਫਿਰ ਮੋਦੀ ਬਾਰੇ ਆਏ ਹਾਂ। ਨਹੀਂ ਅਸੀਂ ਬੈਠਾਂਗੇ, ਜਿੰਨਾ ਚਿਰ ਸਾਨੂੰ ਹੱਕ ਨਹੀਂ ਮਿਲਣਗੇ ਅਸੀਂ ਬੈਠਾਂਗੇ, ਅਸੀਂ ਉਹਨਾਂ ਚਿਰ ਜਾਵਾਂਗੇ ਨਹੀਂ ਜਿੰਨਾ ਚਿਰ ਸਾਡੇ ਹੱਕ ਨਹੀਂ ਮਿਲਣਗੇ। ਦਿੱਲੀ ਜੇ ਨਾ ਮੰਨਿਆ ਤਾਂ ਲੰਘਾਂਗੇ, ਦਿੱਲੀ ਨਾ ਮੰਨਿਆ ਤਾਂ ਦਿੱਲੀ ਲੰਘਾਂਗੇ, ਫਿਰ 10 ਮਿੰਟਾਂ ਦਾ ਕੰਮ ਹੈ ਸਾਡਾ। ਹਾਂਜੀ, ਜੇ ਅਸੀਂ ਪੀਆਂ ਲਿਆਂਦੀਆਂ, ਵੱਡੇ ਵੱਡੇ ਟਰੈਕਟਰ ਲਿਆਂਦੇ ਆ, ਗੋਲਿਆਂ ਦਾ ਕੀ ਡਰ ਹੈ ਸਾਨੂੰ? ਗੋਲਿਆਂ ਤਾਂ ਨਹੀਂ ਡਰਦੇ, ਜੇ ਗੋਲਿਆਂ ਤਾਂ ਡਰਦੇ ਤਾਂ ਆਪਾਂ ਘਰੋਂ ਹੀ ਨਹੀਂ ਆਉਂਦੇ। ਹਾਂਜੀ, ਮਰਨਾ ਇੱਕੇ ਵਾਰੀ ਆ। ਅਸੀਂ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੇ ਹਾਂ ਵੀ ਸਾਡੇ ਹੱਕ ਦੇ ਦੇ, ਸਾਡੀਆਂ ਨਸਲਾਂ ਫਸਲਾਂ ਜੋ ਵੀ ਆ ਦੇ ਦੇ, ਇਹਨਾਂ ਨਸ਼ੇ ਤੋਰ ਤੋਰ ਕੇ ਸਾਡੇ ਧੀਆਂ ਬਾਤ ਕਰ ਦਿੱਤਾ, ਮਾਵਾਂ ਰੋਂਦੀਆਂ ਫਿਰਦੀਆਂ ਇਹਨਾਂ ਨੂੰ। ਜਸਵੰਤ ਹੈ ਮੇਰਾ ਨਾਮ, ਮਾਨਸਾ ਜ਼ਿਲ੍ਹੇ 'ਚੋਂ, ਕਿਸ਼ਨਗੜ੍ਹ ਪਿੰਡ ਹੈ। ਅਸੀਂ ਤਾਂ ਹੀ ਚਾਹੁੰਦੇ ਹਾਂ ਬਈ ਸਾਡੇ ਫਸਲ ਬਾੜੀਆਂ ਦੇ ਭਾਅ ਦੇ ਦੇ, ਅਤੇ ਵੀ ਕਰਜ਼ੇ ਮਾਫ਼ ਕਰ ਦੇ, ਵੀ ਸਾਡੀ ਰੋਟੀ ਖੋਲ੍ਹੀ ਜਦੋਂ ਅਸੀਂ ਕੀ ਕਰਾਂਗੇ ਰੋਟੀ ਤੋਂ ਬਿਨਾਂ? ਸਾਡੀ ਜ਼ਮੀਨ ਸਾਡੀ ਮਾਂ ਹੈ, ਵੀ ਪੁੱਤ ਪੋਤਿਆਂ ਨੂੰ ਛੱਡ ਕੇ ਅਸੀਂ ਉਰੇ ਬੈਠੇ ਹਾਂ, ਅਤੇ ਘਰੋਂ ਤਾਂ ਕਿਸੇ ਦਾ ਨਿਕਲਣ ਨੂੰ ਜੀ ਨਹੀਂ ਕਰਦਾ। ਹਾਂ, ਆਹ ਮੁੰਡੇ ਦੇ ਉਰੇ ਲੱਗੀ ਹੋਈ ਹੈ, ਇੱਕ ਲੱਤ 'ਤੇ ਲੱਗੀ ਹੋਈ ਹੈ, ਆਹ ਮੁੰਡੇ ਸਾਰੇ ਜ਼ਖਮੀ ਹੋ ਰਹੇ। ਸਾਨੂੰ ਤਾਂ ਇਹ ਹੈ ਵੀ ਬਹੁਤ ਬੁਰੀ ਕਰਖੀ ਹੈ, ਵੀ ਕੋਈ ਮਾੜਾ ਮੋਟਾ ਸੋਚੇ ਵੀ ਭੈਣ ਭਾਈਆਂ ਨੇ ਕਰਿਆ ਹੋਇਆ, ਮੈਂ ਵੀ ਮਾੜਾ ਮੋਟਾ ਇਹਨਾਂ ਦਾ ਭਲਾ ਕਰਾਂ, ਮੈਂ ਆਪਾਂ ਫਿਰ ਹੀ ਵੋਟਾਂ ਪਾਉਂਦੇ ਹੁੰਦੇ ਹਾਂ, ਭਲੇ ਦੀ ਖਾਤਰ ਵੀ ਆਪਾਂ ਨੂੰ ਭਲਾ ਕਰੂਗਾ। ਪਿੰਡ ਵੀ ਆ ਕੇ ਆਏ ਕਿ ਅਸੀਂ ਮੋਦੀ ਦਾ ਜਦੋਂ ਤੱਕ ਫੈਸਲਾ ਨਹੀਂ ਹੋਣਾ ਅਸੀਂ ਵਾਪਸ ਨਹੀਂ ਆਉਣਾ। ਅਸੀਂ 6 ਮਹੀਨਿਆਂ ਦਾ ਰਾਸ਼ਨ ਪੱਤਾ ਲੈ ਕੇ ਆਏ ਹਾਂ। ਹਾਂਜੀ, 6 ਮਹੀਨਿਆਂ ਦਾ ਰਾਸ਼ਨ ਪੱਤਾ ਅਸੀਂ ਲੈ ਕੇ ਆਏ,
ਮੋਦੀ ਜਦੋਂ ਸਾਡਾ ਫੈਸਲਾ ਕਰ ਦਿੱਤਾ ਅਸੀਂ ਉਦੋਂ ਹੀ ਜਾਵਾਂਗੇ। ਆਉਣਗੇ ਲੋਕ, ਆਉਣਗੇ ਆਉਣਗੇ ਲੋਕ, ਆਪਣੇ ਆਪਣੇ ਹੱਕ ਵਾਸਤੇ ਲੜਾਂਗੇ ਅਸੀਂ ਵੀ, ਸਾਨੂੰ ਕੋਈ ਨਹੀਂ ਰੋਕਣ ਵਾਲਾ ਹੈਗਾ ਜੀ। ਪਰਿਵਾਰ ਦਾ ਕੰਮ ਆਪੇ ਚੱਲੂਗਾ ਜਦੋਂ ਇੱਥੋਂ ਜੀਂਦੇ ਚੱਲ ਜਾਵਾਂਗੇ। ਜਿੰਨਾ ਚਿਰ ਅਸੀਂ ਆਪਣੇ ਡਟ ਕੇ ਆ ਮੁਕਾਬਲਾ ਪੂਰਾ ਕਰਕੇ ਜਾਵਾਂਗੇ। ਜੇ ਮੋਦੀ ਰਜਾਵਦੀ ਨਾ ਮੰਨ ਜੇ, ਟਾਈਮ ਲਈ ਜਾਂਦਾ ਪਰ ਉਹਦੀ ਕਰਤੂਤ ਨਹੀਂ ਹੈ ਕੋਈ ਵੀ, ਬਸ ਇਹ ਖਰਾਬ ਕਰਨ ਡਿਆ ਵਾ ਜਨਤਾ ਨੂੰ। ਇਹ ਜਨਤਾ ਨੇ ਜਾਇਦਾਦੀ ਇਹਨੇ ਲੜਾਈ ਦੀ ਅਤੇ ਜਾਇਦਾਦੀ ਇਹਨੇ ਬਿਆਨ ਲੈਣ ਦੀ। ਹੁਣ ਜਿੰਨਾ ਚਿਰ ਇਹ ਕੋਈ ਕਰੂਗਾ ਨਾ ਸਾਨੂੰ ਲਿਖ ਕੇ ਹੱਕ ਸਾਡੇ ਦਊ ਨਾ, ਸਾਡੀਆਂ ਜ਼ਮੀਰਾਂ ਨੇ, ਜ਼ਮੀਰਾਂ ਕਰਕੇ ਅਸੀਂ ਆਏ ਹਾਂ। ਸਾਡੀਆਂ ਇਹ ਮੰਗਾਂ ਇਹਨੇ ਪੂਰੀਆਂ ਨਹੀਂ ਕੀਤੀਆਂ, ਇਸ ਕਰਕੇ ਸਾਨੂੰ ਦੁਬਾਰਾ ਫਿਰ ਇੱਥੇ ਸੜਕਾਂ 'ਤੇ ਆਉਣਾ ਪਿਆ, ਦੁਬਾਰਾ ਫਿਰ ਅਸੀਂ ਇਹ ਸੰਘਰਸ਼ 'ਚ ਆਣ ਕੇ ਲੜੇ ਹਾਂ। ਅਸੀਂ ਆਪਣਾ ਸੰਘਰਸ਼ ਜਿਹੜਾ ਵਾ ਜਾਰੀ ਰੱਖਾਂਗੇ, ਆਪਣੇ ਜਿਹੜੀ ਲੜਾਈ ਉਹ ਲੜਾਂਗੇ, ਜਿੰਨਾ ਚਿਰ ਅਸੀਂ ਸਾਡੇ ਹੱਕਾਂ ਪੂ ਸਾਨੂੰ ਮੰਗਾਂ ਨਾ ਸਾਡੀਆਂ ਪੂਰੀਆਂ ਕਰਨਗੇ ਉਹਨਾਂ ਚਿਰ ਅਸੀਂ ਇਹ ਡਟ ਕੇ ਆਪਣਾ ਇੱਥੇ ਹਾਂਜੀ ਦਿੱਲੀ ਵੀ ਗਏ ਸੀ, ਹਾਂਜੀ ਪਿਛਲੀ ਵਾਰੀ ਦਿੱਲੀ ਵੀ ਗਏ ਸੀ, ਹਾਂਜੀ ਉੱਥੇ ਵੀ ਰਹਿ ਕੇ ਆਏ ਹਾਂ 13 ਮਹੀਨੇ। ਹਾਂ ਪਹਿਲਾਂ ਵੀ ਹਰਾ ਕੇ ਆਏ, ਦੁਬਾਰਾ ਫਿਰ ਇੱਥੇ ਬਣਾਏ ਹਾਂ, ਹਾਂਜੀ ਪਹਿਲਾਂ ਮੰਨ ਲਈਆਂ ਪਰ ਇਹਨਾਂ ਨੇ ਫਿਰ ਸਾਡੀਆਂ ਪੂਰੀਆਂ ਨਹੀਂ ਕੀਤੀਆਂ, ਲਿਖ ਕੇ ਨਹੀਂ ਦਿੱਤੀਆਂ, ਹੁਣ ਇਸ ਕਰਕੇ ਸਾਨੂੰ ਦੁਬਾਰਾ ਫਿਰ ਇੱਥੇ ਆਉਣਾ ਪਿਆ ਹੈ।